ਸਤਿ ਸ਼੍ਰੀ ਅਕਾਲ ਜੀ ਭਵੰਤਮਾਨ ਜੀ ਇੱਕ ਹੋਰ ਬਹੁਤ ਵੱਡਾ ਫੈਸਲਾ ਲਿਆ ਜੀ ਜਿਹਦੇ ਵਿੱਚ 15-1500 ਰੁਪਏ ਭਵੰਤਮਾਨ ਇਹਨਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਪਾ ਰਿਹਾ ਹੈ ਕਿੰਨਾਂ ਲੋਕਾਂ ਨੂੰ ਮਿਲਣਗੇ ਜੇ ਇਹ 15-1500 ਰੁਪਏ ਜ਼ਰੂਰ ਗੌਰ ਕਰਨੀ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਪੀਲ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਯਾਰ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਨਾਲੇ ਤੁਹਾਨੂੰ ਦੱਸਾਂਗੇ ਜੀ ਇਹ ਪੈਸੇ ਕਿਸ ਤਰ੍ਹਾਂ ਆਉਣਗੇ ਤੁਹਾਡੇ ਅਕਾਊਂਟ ਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਸੀਐਮ ਭਵੰਤਮਾਨ ਦਾ ਵੱਡਾ ਫੈਸਲਾ ਕੀ ਹੈ ਜੀ ਕਹਿੰਦੇ ਝੋਨੇ ਦੀ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦੇਵੇਗੀ ਆਪ ਸਰਕਾਰ ਮਤਲਬ ਇੱਕ ਕਿੱਲੇ ਪਿੱਛੇ ਮਿਲਣਗੇ ਜੀ ਠੀਕ ਹੈ 1500 ਰੁਪਏ 20 ਮਈ ਤੋਂ ਕਿਸਾਨ ਕਰ ਸਕਣਗੇ ਝੋਨੇ ਦੀ ਸਿੱਧੀ ਬਜਾਈ ਮਤਲਬ ਇਹ ਇੱਕ ਬਹੁਤ ਵੱਡਾ ਫੈਸਲਾ ਹੈ ਜੀ ਭਵੰਤਮਨ ਵੱਲੋਂ ਤੇ ਜਿਹੜਾ ਜਿਹੜੇ ਕਿਸਾਨਾਂ ਦੇ ਹੱਕਾਂ ਵਾਸਤੇ ਨੇ ਤੁਸੀਂ ਦੇਖ ਸਕਦੇ ਹੋ 1500 ਰੁਪਏ ਪ੍ਰਤੀ ਏਕੜ ਇੱਕ ਕਿੱਲੇ ਪਿੱਛੇ 1500 ਰੁਪਏ ਮਿਲਣਗੇ ਜੀ ਤਾਂ ਇਹ ਲੈਣ ਵਾਸਤੇ ਜਦੋਂ ਵੀ ਫਾਰਮ ਸਟਾਰਟ ਹੋਏ ਸੀ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਠੀਕ ਹੈ ਜੀ ਤਾਂ 20 ਮਈ ਤੋਂ ਤੁਸੀਂ ਸਿੱਧਾ ਚੋਨਾ ਲਗਾ ਸਕਦੇ ਹੋ ਸੀਗਾ ਬਿਜਾਈ ਕਰ ਸਕਦੇ ਹੋ ਤਾਂ ਇਸੇ ਤਰ੍ਹਾਂ ਦੀ ਅਪਡੇਟ ਪਾਉਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ-ਬਹੁਤ ਧੰਨਵਾਦ ਜੀ